ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਪਿਤਾ ਦੀ ਮੋਤ ਪਿੱਛੋਂ ਕੀਤਾ ਸੁਪਨਾ ਪੂਰਾ ਹੈਲੀਕਾਪਟਰ ਤੇ ਲੈ ਆਇਆ ਵਿਆਹ ਕੇ ਲਾੜੀ ਤਾਜ਼ਾ ਵੱਡੀ ਖਬਰ ਆ ਚੁੱਕੀਆਂ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਿੱਥੇ ਹੈਲੀਕਾਪਟਰ ਦੇ ਵਿੱਚ 30 ਮਿੰਟ ਦੀ ਦੂਰੀ ਤੈਅ ਕਰਕੇ ਲਾੜੇ ਵੱਲੋਂ ਆਪਣੇ ਲਾੜੀ ਨੂੰ ਵਿਆਹ ਕੇ ਆਪਣੇ ਪਿੰਡ ਲਿਆਂਦਾ ਗਿਆ ਉਹਦੀ ਵਿਆਹ ਆਪਸ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਲੋਕਾਂ ਵੱਲ ਹੈਲੀਕਾਪਟਰ ਦੇ ਨਾਲ ਫੋਟੋ ਕਰਵਾਉਣ ਵਾਸਤੇ ਲਾਈਨ 'ਚ ਲੱਗ ਗਏ ਨੇ ਕਿਉਂਕਿ ਇਹ ਵਿਆਹ ਅਲਵਰ ਜ਼ਿਲ੍ਹੇ ਦੇ ਨੋਗਾਵਾ ਕਸਬੇ 'ਚ ਹੋਇਆ ਜਿੱਥੇ ਲੋਕਾਂ ਵੱਲੋਂ 29 ਸਾਲ ਬਾਅਦ ਆਪਣੇ ਪਿੰਡ ਦੇ ਵਿੱਚ ਆਏ ਹੈਲੀਕਾਪਟਰ ਨੂੰ ਦੇਖਿਆ ਗਿਆ ਇਸ ਪਿੰਡ ਦੇ ਰਹਿਣ ਵਾਲੇ ਤੁਸ਼ਾਰ ਸੋਨੀ ਤੇ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਆਪਣੀ ਲਾੜੀ ਅਨਚਿਕਾ ਨੂੰ ਹੈਲੀਕਾਪਟਰ ਤੇ ਵਿਆਹ ਕਿ ਲਿਆਂਦਾ ਅਤੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕੀਤਾ ਇਸ ਬਾਰੇ ਜਾਣਕਾਰੀ ਦਿਨ ਦਿਆ ਹੋਇਆ ਲਾੜੇ ਦੇ ਤੁਸ਼ਾਰ ਦੇ ਚਚੇਰੇ ਭਰਾ ਨੇ ਦੱਸਿਆ ਹੈ ਕਿ ਉਹਨਾਂ ਦੇ ਭਰਾ ਸਭੇ ਮੋਹਨ ਸੁੰਨੇ ਦੀ ਇੱਛਾ ਸੀ ਕਿ ਉਹਨਾਂ ਦੇ ਪੁੱਤਰ ਦਾ ਵਿਆਹ ਇਸ ਤਰ੍ਹਾਂ ਕੀਤਾ ਜਾਵੇ ਜਦੋਂ ਉਹਨਾਂ ਦੇ ਪੁੱਤਰ ਵੱਡੇ ਹੋਣਗੇ ਤਾਂ ਉਹਨਾਂ ਦੇ ਨੂੰ ਲਹਿਰ ਲੀ ਹਿਪਕਟਰ ਤੇ ਆਏਗੀ तुषार ਦੇ ਪਿਤਾ ਮੋਹਨ ਸੋਨੀ ਦਾ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਪਰ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਉਸਨੇ ਆਪਣੇ ਹੈਲੀਕਾਪਟਰ ਤੇ ਆਪਣੇ लाੜੀ ਨੂੰ ਲੈ ਕੇ ਆਉਣ ਦੀ ਤਿਆਰੀ ਸ਼ੁਰੂ ਕੀਤੀ ਗਈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ